ਸ਼ਬਦ ਫੁੱਟ ਬਾਬਾ ਨਾਨਕਾ, ਸ਼ਬਦ ਫੁੱਟ ਬਾਬਾ ਨਾਨਕਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅਤੇ ਮੈਂ ਹਾਂ ਗਗਨ ਸ਼ੁਕਲਾ। ਇਸ ਵੇਲੇ ਅਸੀਂ ਉਸ ਇਤਿਹਾਸਿਕ ਸਥਾਨ 'ਤੇ ਮੌਜੂਦ ਹਾਂ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਹਿਸਾਬ ਕਿਤਾਬ ਕੀਤਾ ਗਿਆ ਸੀਗਾ। ਮੇਰਾ ਭਾਵ ਹੈ ਗੁਰਦੁਆਰਾ ਸ਼੍ਰੀ ਕੋਠੜੀ ਸਾਹਿਬ ਤੋਂ। ਆਓ ਤੁਹਾਨੂੰ ਲੈ ਚੱਲਦੇ ਹਾਂ ਗੁਰਦੁਆਰਾ ਕੋਠੜੀ ਸਾਹਿਬ ਦੇ ਅੰਦਰ, ਤਸਵੀਰਾਂ ਵਿਖਾਉਂਦੇ ਹਾਂ ਤੁਹਾਨੂੰ। ਇਹ ਗੁਰਦੁਆਰਾ ਕੋਠੜੀ ਸਾਹਿਬ ਹੈ ਜਿੱਥੇ ਗੁਰੂ ਸਾਹਿਬ ਜੀ ਨਵਾਬ ਦੌਲਤ ਖਾਂ ਦੇ ਮੋਦੀਖਾਨੇ ਵਿੱਚ ਬਤੌਰ ਮੋਦੀ ਨੌਕਰੀ ਕਰਿਆ ਕਰਦੇ ਸੀ। ਤਾਂ ਕੈਮਰਾਮੈਨ ਨੂੰ ਕਹੂੰਗਾ ਕਿ ਪਹਿਲਾਂ ਇੱਕ ਝਾਤ ਇਤਿਹਾਸ 'ਤੇ ਮਾਰੀ ਜਾਵੇ। ਸ਼੍ਰੀ ਗੁਰੂ ਨਾਨਕ ਦੇਵ ਜੀ ਬਤੌਰ ਮੋਦੀ ਨੌਕਰੀ ਕਰਦੇ ਆ, ਰਖਾਲੂ ਲੋਕਾਂ ਨੇ ਨਵਾਬ ਦੇ ਕੋਲ ਸ਼ਿਕਾਇਤ ਕੀਤੀ ਸੀ ਕਿ ਤੁਹਾਡਾ ਮੋਦੀਖਾਨਾ ਲੁਟਾ ਰਿਹਾ। ਸੋ ਇਸ ਇਹ ਉਹ ਇਤਿਹਾਸਕ ਪਵਿੱਤਰ ਜਗ੍ਹਾ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਦੌਲਤ ਖਾਂ ਜਿਹੜਾ ਮੋਦੀ ਉਹਦਾ ਹਿਸਾਬ ਕਿਤਾਬ ਹੋਇਆ ਸੀਗਾ। ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਅੰਦਰ ਲੈ ਚੱਲਦੇ ਹਾਂ, ਤਸਵੀਰਾਂ ਤੁਹਾਨੂੰ ਵਿਖਾਉਂਦੇ ਹਾਂ ਗੁਰਦੁਆਰਾ ਸਾਹਿਬ ਦੀਆਂ। ਸੋ ਗੁਰਦੁਆਰਾ ਸ਼੍ਰੀ ਕੋਠੜੀ ਸਾਹਿਬ ਸੁਸ਼ੋਭਿਤ ਹੈ ਇਸ ਜਗ੍ਹਾ। ਸੋ ਜਿੱਥੇ ਲੋਕ ਨਤਮਸਤਕ ਹੁੰਦੇ ਨੇ, ਸੋ ਗੁਰਦੁਆਰਾ ਸ਼੍ਰੀ ਕੋਠੜੀ ਸਾਹਿਬ ਦੀਆਂ ਪਾਵਨ ਤਸਵੀਰਾਂ ਤੁਹਾਨੂੰ ਅਸੀਂ ਵਿਖਾ ਰਹੇ ਹਾਂ ਇਸ ਵੇਲੇ। ਸੋ ਉਹ ਵੀ ਤੁਹਾਨੂੰ ਤਸਵੀਰਾਂ ਵਿਖਾਉਂਦੇ ਹਾਂ ਜਿੱਥੇ ਦੌਲਤ ਖਾਂ ਲੋਧੀ ਨੇ ਗੁਰੂ ਨਾਨਕ ਦੇਵ ਜੀ ਕੋਲੋਂ ਹਿਸਾਬ ਮੰਗਿਆ ਸੀ। ਕੋਠੜੀ ਉਹ ਕੋਠੜੀ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ। ਇਹ ਉਹ ਪਾਵਨ ਪਵਿੱਤਰ ਕੋਠੜੀ ਹੈ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦੌਲਤ ਖਾਂ ਲੋਧੀ ਨੂੰ ਹਿਸਾਬ ਕਿਤਾਬ ਦਿੱਤਾ ਸੀ। ਸੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿਸ ਤਰ੍ਹਾਂ, ਉਸ ਤਸਵੀਰਾਂ ਦੇ ਜ਼ਰੀਏ ਵੀ ਜਿਹੜਾ ਵਿਖਾਇਆ ਜਾ ਰਿਹਾ ਜਿੱਥੇ ਦੌਲਤ ਖਾਂ ਲੋਧੀ ਜੋ ਨੇ ਉਹ ਗੁਰੂ ਨਾਨਕ ਦੇਵ ਜੀ ਤੋਂ ਜਿਹੜਾ ਹਿਸਾਬ ਕਿਤਾਬ ਮੰਗ ਰਹੇ ਨੇ, ਜਿਹੜਾ ਕਿ ਸ਼ਿਕਾਇਤ ਕਰਨ 'ਤੇ ਹਿਸਾਬ ਮੰਗਿਆ ਸੀ ਕਿ ਜਿਹੜਾ ਤੁਹਾਡਾ ਮੋਦੀਖਾਨਾ ਉਸ ਨੂੰ ਲੁਟਾਇਆ ਜਾ ਰਿਹਾ, ਪਰ ਹਿਸਾਬ ਕਰਨ ਤੋਂ ਬਾਅਦ ਜਿਹੜੇ 760 ਰੁਪਏ ਵੱਧ ਨਿਕਲੇ ਸੀ। ਸੋ ਤਸਵੀਰਾਂ ਡੇਲੀ ਪੋਸਟ 'ਤੇ ਲਾਈਵ ਜਿਹੜੀਆਂ ਸਿੱਧੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਇਹ ਉਹ ਕੋਠੜੀ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਦੌਲਤ ਖਾਂ ਲੋਧੀ ਨੂੰ ਜਿਹੜਾ ਹਿਸਾਬ ਕਿਤਾਬ ਦਿੱਤਾ ਸੀਗਾ। ਇਹ ਉਹ ਮੁਕੱਦਸ ਪਾਵਨ ਪਵਿੱਤਰ ਧਰਤੀ ਹੈ ਸੁਲਤਾਨਪੁਰ ਲੋਧੀ ਦਾ। ਇਹ ਗੁਰਦੁਆਰਾ ਸ਼੍ਰੀ ਕੋਠੜੀ ਸਾਹਿਬ ਨੇ। ਸੋ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ, ਤਸਵੀਰਾਂ ਦੇ ਜ਼ਰੀਏ ਵੀ ਉਹ ਚੀਜ਼ ਬਿਆਨ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਦਾ ਉਹ ਆਲਮ ਉਹ ਮੰਜ਼ਰ ਰਿਹਾ ਹੋਵੇਗਾ ਜਦੋਂ ਗੁਰੂ ਸਾਹਿਬ ਨਾਲ ਦੌਲਤ ਖਾਂ ਜਿਹੜੇ ਲੋਧੀ ਨੇ ਉਹਨਾਂ ਨੇ ਹਿਸਾਬ ਕਿਤਾਬ ਕੀਤਾ ਸੀ। ਸੋ ਗੱਲਬਾਤ ਕਰਦੇ ਹਾਂ ਗੁਰਦੁਆਰਾ ਸ਼੍ਰੀ ਕੋਠੜੀ ਸਾਹਿਬ ਦੀਆਂ ਜਿਹੜੀਆਂ ਤਸਵੀਰਾਂ, ਐਕਸਕਲੂਸਿਵ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ। ਸਾਡੇ ਨਾਲ ਭਾਈ ਸਾਹਿਬ ਨੇ, ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ। ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਕੀ ਹੈ ਉਹ ਵੀ ਤੁਹਾਨੂੰ ਵਿਖਾਉਂਦੇ ਹਾਂ।
ਸੋ ਗਿਆਨੀ ਜੀ ਨੇ ਸਾਡੇ ਨਾਲ, ਗਿਆਨੀ ਜੀ ਨਾਲ ਗੱਲਬਾਤ ਕਰਦੇ ਹਾਂ। ਸਰ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਪਾਵਨ ਪਵਿੱਤਰ ਧਰਤੀ ਹੈ ਸੁਲਤਾਨਪੁਰ ਲੋਧੀ ਦੀ, ਕੀ ਇਤਿਹਾਸ ਕੀ ਹੈ, ਥੋੜ੍ਹਾ ਵਿਸਤਾਰ ਨਾਲ ਦੱਸ ਪਾਓਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਦੁਆਰਾ ਜੋ ਆਪ ਦਰਸ਼ਨ ਕਰ ਰਹੇ ਹੋ ਗੁਰਦੁਆਰਾ, ਇਸ ਗੁਰਦੁਆਰਾ ਨਾਮ ਹੈ ਗੁਰਦੁਆਰਾ ਕੋਟਲੀ ਸਾਹਿਬ, ਜਿੱਥੇ ਕਿ ਮਹਾਰਾਜ ਦਾ ਹਿਸਾਬ ਕਿਤਾਬ ਹੋਇਆ, ਜਿਸ ਵਿੱਚ ਮਹਾਰਾਜ ਦੇ 760 ਰੁਪਏ ਵੱਧ ਨਿਕਲੇ। ਜਦੋਂ ਮਹਾਰਾਜ ਨੇ 13-13 ਕਰਕੇ ਅਨੇਕਾਂ ਗਰੀਬਾਂ ਲੋੜਵੰਦਾਂ ਦੀਆਂ ਝੋਲੀਆਂ ਭਰੀਆਂ, ਤਾਂ ਜੋ ਇਰਖਾਲੂ ਲੋਕ ਸੀ ਜੋ ਮਹਾਰਾਜ ਦੇ ਨਾਲ ਲਾਗ ਡਾਟ ਰੱਖਦੇ ਸੀ, ਉਹਨਾਂ ਨੇ ਵਾਪਸ ਸ਼ਿਕਾਇਤ ਕੀਤੀ ਵੀ ਤੁਹਾਡਾ ਜਿਹੜਾ ਮੋਦੀਖਾਨਾ ਹੈ ਉਹ ਬਾਬੇ ਨਾਨਕ ਨੇ ਲੁਟਾ ਦਿੱਤਾ ਹੈ। ਜਿੱਥੇ ਕਿ ਮਹਾਰਾਜ ਦਾ ਹਿਸਾਬ ਕਿਤਾਬ ਹੋਇਆ, ਇੱਕ ਵਾਰ 121 ਰੁਪਈਏ, ਇੱਕ ਵਾਰ 132, ਟੋਟਲ 760 ਰੁਪਈਏ ਮਹਾਰਾਜ ਦੇ ਵੱਧ ਨਿਕਲੇ, ਤਾਂ ਨਵਾਬ ਦੌਲਤ ਖਾਨ ਨੂੰ ਸ਼ਰਮਿੰਦਾ ਹੋਣਾ ਪਿਆ। ਜਿਹੜੇ 760 ਰੁਪਈਏ ਵੱਧ ਨਿਕਲੇ ਸੀ ਉਹ ਨਵਾਬ ਦੌਲਤ ਖਾਨ ਨੇ ਮਹਾਰਾਜ ਨੂੰ ਦੇਣੇ ਚਾਹੇ, ਪਰ ਮਹਾਰਾਜ ਨੇ ਲੈਣ ਤੋਂ ਇਨਕਾਰ ਕੀਤਾ। ਮਹਾਰਾਜ ਨੇ ਕਿਹਾ ਵੀ ਇਹ ਗਰੀਬ ਬੰਦਾ ਲੋੜਵੰਦਾਂ ਦੇ ਵਿੱਚ ਇਹ ਵੰਡ ਦਿੱਤਾ ਜਾਵੇ। ਜਿਹੜਾ ਹਿਸਾਬ ਕਿਤਾਬ ਆ ਉਹ 3 ਵਾਰ ਹੋਇਆ ਸੀ। ਹਾਂਜੀ, ਉਹ 3 ਵਾਰ ਦੇ ਵਿੱਚ 760 ਵਧੇ ਸੀ। ਹਾਂਜੀ ਜੀ। ਅਤੇ ਔਰ ਬਾਕੀ ਜੋ ਹੈ ਮਹਾਰਾਜਾ ਗੁਰਦੁਆਰਾ ਹੱਟ ਸਾਹਿਬ, ਉਹ ਮੋਦੀਖਾਨਾ ਸੀ ਜਿੱਥੇ ਕਿ ਮਹਾਰਾਜ 13-13 ਕਰਕੇ ਅਨੇਕਾਂ ਗਰੀਬਾਂ ਲੋੜਵੰਦਾਂ ਝੋਲੀਆਂ ਭਰੀਆਂ, ਜੋ ਕਿ ਮਹਾਰਾਜ ਨੇ 1 ਤੋਂ ਗਿਣਤੀ ਸ਼ੁਰੂ ਕੀਤੀ, 1, 2, 3, 4 ਜਦੋਂ 13 'ਤੇ ਗਏ। ਆਪਣੇ ਵਿੱਚ ਇਹ ਜ਼ਿਕਰ ਚੱਲਦਾ ਕਿ ਮਹਾਰਾਜ 13-13 ਕਰਕੇ ਮਹਾਰਾਜ ਨੇ ਮਤਲਬ ਤੋਲਿਆ ਸਾਰਾ ਕੁਛ, ਮਤਲਬ 13 ਕਰਕੇ ਨਹੀਂ ਤੋਲਿਆ, 13-13 ਕਰਕੇ ਮਹਾਰਾਜ ਨੇ ਤੋਲਿਆ ਕਿ ਇਹ 13 ਹੀ ਹੈ ਜੋ ਕੁਛ ਹੈ, ਕਿਉਂਕਿ ਜੋ ਵੀ ਦੁਨੀਆ ਵਿੱਚ ਹੈ ਉਹ ਆਪਣਾ ਕੁਛ ਨਹੀਂ ਹੈ, ਉਹ ਮਹਾਰਾਜ ਪਰਮੇਸ਼ਰ ਅਕਾਲ ਪੁਰਖ ਦਾ ਹੈ। ਠੀਕ ਹੈ। ਸੋ ਇਹ ਗਿਆਨੀ ਜੀ ਸੀਗੇ ਜਿਨ੍ਹਾਂ ਨੇ ਸਾਨੂੰ ਇਹ ਗੁਰਦੁਆਰਾ ਸ਼੍ਰੀ ਕੋਟਲੀ ਸਾਹਿਬ ਦੇ ਇਤਿਹਾਸ ਦੇ ਨਾਲ ਜਾਣੂ ਕਰਵਾਇਆ। ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਦੌਲਤ ਖਾਨ ਲੋਧੀ ਨਾਲ ਜਿਹੜਾ ਹਿਸਾਬ ਕਿਤਾਬ ਸੀਗਾ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇਸ ਹੀ ਜਗ੍ਹਾ ਹੋਇਆ ਸੀ। ਪਾਵਨ ਪਵਿੱਤਰ ਸਥਾਨ ਹੈ ਜਿੱਥੇ ਗੁਰਦੁਆਰਾ ਸ਼੍ਰੀ ਕੋਟੜੀ ਸਾਹਿਬ ਸੁਸ਼ੋਭਿਤ ਆ। ਮੇਰੇ ਸਹਿਯੋਗੀ ਸਨਮ ਪੱਲਾ ਅਤੇ ਜਸਪ੍ਰੀਤ ਦੇ ਨਾਲ ਗਗਨ ਸ਼ੁਕਲਾ, ਡੇਲੀ ਪੋਸਟ ਪੰਜਾਬੀ, ਸੁਲਤਾਨਪੁਰ ਲੋਧੀ।